ਜਿਵੇਂ ਕਿ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਯਾਤਰਾ ਸ੍ਰੀ ਹੇਮਕੁੰਟ ਸਾਹਿਬ ਦੀ, ਤਾਂ ਇੱਕ ਪਰਿਵਾਰ ਜਿਹੜਾ ਜੋਧਪੁਰ ਤੋਂ ਆਇਆ ਬੜੀਆਂ ਆਸਾਂ ਉਮੀਦਾਂ ਲੈ ਕੇ ਅਤੇ ਸ਼ਰਧਾ ਲੈ ਕੇ ਜਿਹੜਾ ਗੁਰੂ ਘਰ ਨਤਮਸਤਕ ਹੋਣ ਜਾ ਰਹੇ ਨੇ। ਸਰ ਜੋਧਪੁਰ ਤੋਂ ਆਏ ਹੋ, ਪਹਿਲਾਂ ਤਾਂ ਉੱਥੋਂ ਲੈ ਕੇ ਇੱਥੋਂ ਤੱਕ ਦਾ ਸਫ਼ਰ ਕਿਵੇਂ ਰਿਹਾ, ਔਰ ਨਾਲੇ ਵੀ ਦੱਸੋ ਕਿ ਜਿਹੜਾ ਅਗਲਾ ਪੜਾਅ ਤੁਸੀਂ ਤੈਅ ਕਰਨਾ ਉਹ ਪੈਦਲ ਜਾ ਰਹੇ ਹੋ ਜਾਂ ਕੋਈ ਹੋਰ ਜਿਹੜਾ ਤੁਸੀਂ ਮਾਧਿਅਮ ਚੁਣੋਗੇ। ਦੇਖੋ ਜੀ, ਮੈਂ ਜੋਧਪੁਰ ਆਇਆ, ਬਹੁਤ ਵਾਹਿਗੁਰੂ ਜੀ ਦੀ ਕਿਰਪਾ ਨਾਲ ਉਹਨਾਂ ਦਾ ਹੁਕਮ ਹੋਇਆ ਅਸੀਂ ਇੱਧਰ ਆਏ, ਔਰ ਬੜੀ ਅੱਛੀ ਯਾਤਰਾ ਰਹੀ ਜੋਧਪੁਰੋਂ ਇੱਧਰ ਟ੍ਰੇਨ ਵਿੱਚ ਆਏ, ਇੱਥੇ ਆਏ ਅਸੀਂ ਟੈਕਸੀ ਵਿੱਚ ਕਰਨਾ, ਬਹੁਤ ਹੀ ਵਧੀਆ ਰਿਹਾ ਸਭ ਅਰੇਂਜਮੈਂਟ। ਬਹੁਤ ਰਿਸ਼ੀਕੇਸ਼ ਰੁਕੇ ਸੀ, ਉੱਥੇ ਰੁਕ ਕੇ ਔਰ ਇੱਧਰ ਆ ਕੇ ਰੁਕੇ, ਹੁਣ ਉੱਧਰ ਉੱਪਰ ਅਸੀਂ ਪੈਦਲ ਜਾਣਗੇ ਔਰ ਪੈਦਲ ਹੀ ਆਉਣ ਦੀ ਆਵਾਂਗੇ। ਤੋ ਉਹੀ ਮਤਲਬ ਅੱਛਾ ਰਹਿੰਦਾ ਹੈ ਕਿ ਯਾਤਰਾ ਜੋ ਹੈਗੀ ਸਭ ਦੇ ਨਾਲ ਮਿਲ ਕੇ ਔਰ ਵਧੀਆ ਇਕਦਮ। ਚਿਹਰੇ ਤੇ ਨਾ ਇੱਕ ਵੱਖਰਾ ਨੂਰ, ਵੱਖਰੀ ਖੁਸ਼ੀ ਦਿਸ ਰਹੀ ਹੈ, ਇਹਦਾ ਕੀ ਕਾਰਨ ਕੀ ਹੈ? ਅਸੀਂ ਬਹੁਤ ਸਾਲੋਂ ਸੋਚਦੇ ਪਏ ਸੀ ਜਾਣਾ ਹੈ ਜਾਣਾ ਹੈ। ਮੈਂ 2017 ਵਿੱਚ ਆਇਆ ਸੀ, ਉਹਦੇ ਬਾਅਦ ਮੇਰਾ ਕੋਰੋਨਾ ਆ ਗਿਆ, ਉਹ ਆ ਗਿਆ, ਬੰਦ ਹੋ ਗਿਆ। ਇੱਕ ਸਾਨੂੰ ਐਕਸਾਈਟਮੈਂਟ ਹੈ, ਵਾਹਿਗੁਰੂ ਜੀ ਦਾ ਮੱਥਾ ਟੇਕਣਾ ਹੈ। ਪਹਿਲਾਂ ਆਏ ਹੋ ਕਦੀ? ਪਹਿਲੇ ਮੈਂ 2017 ਵਿੱਚ ਆਇਆ ਸੀ, ਬਹੁਤ ਹੀ ਵਧੀਆ ਸਾਨੂੰ ਇਕਦਮ ਦਰਸ਼ਨ ਹੋਏ ਸੀ ਸਭ ਦੇ ਯਾਤਰੀਆਂ ਨੂੰ। ਮੈਂ ਇਹੀ ਕਹਿੰਦਾ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਭ ਵਧੀਆ ਹੈ। ਮੈਡਮ ਤੁਸੀਂ ਇਹਨਾਂ ਦੇ ਨਾਲ ਆਏ ਹੋ, ਅਕਸਰ ਹੁੰਦਾ ਕਿ ਜਿਹੜਾ ਟਾਈਮ ਘਰਾਂ ਦੇ ਵਿੱਚੋਂ ਨਹੀਂ ਨਿਕਲਦਾ ਤਾਂ ਇੱਕ ਜਣਾ ਘਰ ਦੇ ਵਿੱਚੋਂ ਆ ਪਾਉਂਦਾ ਹੁੰਦਾ, ਤੁਸੀਂ ਸਾਰਾ ਪਰਿਵਾਰ ਲੈ ਕੇ ਬੱਚਿਆਂ ਦੇ ਸਮੇਤ ਆਏ ਹੋ, ਕਿਵੇਂ ਮਹਿਸੂਸ ਕਰ ਰਹੇ ਹੋ? ਬਸ ਵਾਹਿਗੁਰੂ ਜੀ ਦੀ ਕਿਰਪਾ ਹੈਗੀ ਹੈ ਜੋ ਉਹਨਾਂ ਨੇ ਸਾਨੂੰ ਵਾਪਿਸ ਬੁਲਾਇਆ ਹੈ, ਔਰ ਇਨਕਾ ਵੋ ਹੈ ਕਿ ਆਪਣੀ ਪਰਿਵਾਰ ਕੇ ਸਾਥ ਹੀ ਜਾਣਾ ਹੈ, ਇਨਕੋ ਲੈਤੇ ਨਹੀਂ ਬੱਚੋ ਔਰ ਵਾਈਫ ਕੇ ਸਾਥ ਹੀ ਕਹੀ ਜਾਏ ਤੋ ਉਸਕਾ ਆਪਣਾ ਇੱਕ ਅਲੱਗ ਇੰਜੋਇਮੈਂਟ ਵੀ ਹੋਤਾ ਹੈ, ਔਰ ਇਹ ਤੋ ਪਰਮਾਤਮਾ ਕੀ ਦੇਣ ਹੈ ਜੀ। ਦੇਖੋ ਹਰ ਕਿਸੇ ਕੋ ਹੁਕਮਨਾਮਾ ਨਹੀਂ ਹੋਤਾ, ਉਸਕਾ ਹੁਕਮ ਹੁਆ ਹਮਕੋ ਤੋ ਉਸੀ ਕੇ ਸ਼ੁਕਰ ਗੁਜ਼ਾਰ ਹੈ ਹਮ ਤੋ। ਵਿਸ਼ਵਾਸ ਹੈ ਪਰਮਾਤਮਾ ਪੇ ਪੂਰਾ? ਪੂਰਾ ਜੀ, ਜੋ ਕਰਨੇ ਵਾਲਾ ਹੈ ਵੋਹੀ ਹੈ, ਉਸਕੇ ਬਿਨਾ ਤੋ ਕੁਛ ਵੀ ਨਹੀਂ। ਮੇਰੇ ਕੋ ਤੋ ਪੂਰਾ ਵਿਸ਼ਵਾਸ ਹੈਗਾ, ਅੱਜ ਮੈਂ ਯਹਾਂ ਤੱਕ ਪਹੁੰਚੀ ਇਹ ਪਰਮਾਤਮਾ ਕੀ ਮਿਹਰਬਾਨੀ ਹੈ, ਔਰ ਸਾਰਾ ਸਫ਼ਰ ਤਾਂ ਇੰਨਾ ਚੰਗਾ ਰਿਹਾ ਜੀ, ਕਿਤੇ ਕੋਈ ਤਕਲੀਫ ਨਹੀਂ ਹੁੰਦੀ, ਬਸ ਉਹਦੀ ਮਿਹਰ ਹੈਗੀ ਹੈ। ਤਾਂ ਬੱਚੇ ਵੀ ਇਹਨਾਂ ਦੇ ਨਾਲ ਮੌਜੂਦ ਨੇ। ਬਾਈ ਜੀ, ਤੁਸੀਂ ਆਪਣੇ ਫੈਮਿਲੀ ਨਾਲ ਆਏ ਹੋ, ਪਾਪਾ ਮਾਮਾ ਦੇ ਨਾਲ ਆਏ ਹੋ, ਅੱਜ ਕੱਲ ਵੈਸੇ ਨੌਜਵਾਨ ਪੀੜ੍ਹੀ ਆ, ਟਾਈਮ ਸਹੀ ਪੁੱਛਾਂ ਸਹੀ ਦੱਸਾਂ ਤਾਂ ਜਿਹੜਾ ਸੋਸ਼ਲ ਮੀਡੀਆ ਤੋਂ ਨਹੀਂ ਆਪਾਂ ਨੂੰ ਵੇਲ ਮਿਲਦੀ, ਤਾਂ ਤੁਸੀਂ ਇੰਨਾ ਸਮਾਂ ਕੱਢ ਕੇ ਗੁਰੂ ਸਾਹਿਬ ਦੇ ਦਰਬਾਰ ਤੇ ਨਤਮਸਤਕ ਹੋਣ ਆਏ ਹੋ, ਕਿਵੇਂ ਲੱਗ ਰਿਹਾ ਤੇ ਕੀ ਮਨ ਚ ਇੱਛਾ ਕੀ ਲੈ ਕੇ ਆਏ ਹੋ? ਅੱਛਾ ਲੱਗ ਰਿਹਾ ਹੈ ਕਿ ਯਹਾਂ ਪੇ ਆਏ ਸਭ ਲੋਕ ਦੇਖ ਰਹੇ ਹੈ, ਯਹਾਂ ਪੇ ਫੈਮਿਲੀ ਕੇ ਸਾਥ ਥੋੜਾ ਟਾਈਮ ਮਿਲ ਰਿਹਾ ਹੈ, ਇੰਜੋਏ ਕਰ ਰਹੇ ਹੈ ਹਮ ਫੈਮਿਲੀ ਕੇ ਸਾਥ, ਔਰ ਵਾਹਿਗੁਰੂ ਕੇ ਪਾਸ ਜਾ ਰਹੇ ਹੈ। ਇੱਕ ਸਭ ਕੇ ਸਭ ਇੱਕ ਟ੍ਰੈਕਿੰਗ ਟਾਈਪ ਹੀ ਹੈ, ਚਾਹੇ ਬਾਕੀ ਲੋਕ ਦੂਸਰੀ ਟਾਈਪ ਕੀ ਟ੍ਰੈਕਿੰਗ ਕਰਦੇ, ਬਟ ਹਮ ਵਾਹਿਗੁਰੂ ਕੀ ਟ੍ਰੈਕਿੰਗ ਕਰ ਰਹੇ ਹੈ, ਵਾਹਿਗੁਰੂ ਕੇ ਦਰਸ਼ਨ ਕਰਨੇ ਜਾ ਰਹੇ ਹੈ, ਅੱਛਾ ਲੱਗ ਰਿਹਾ ਹੈ। ਮਨ ਮੇਂ ਕਿਆ ਇੱਛਾ ਕਿਆ ਥੀ, ਮਤਲਬ ਇੱਕ ਹੁੰਦਾ ਨਾ ਕਿ ਆਪਾਂ ਲੈ ਕੇ ਚੱਲਦੇ ਹਾਂ ਕਿ ਮੇਰੀ ਇਹ ਮਨੋਕਾਮਨਾ ਪੂਰੀ ਹੋਵੇ, ਜਾਂ ਉਦਾਂ ਦਾ ਕੁਛ ਹੈ, ਜਾਂ ਵੈਸੇ ਹੀ ਮਤਲਬ ਨਤਮਸਤਕ ਹੋਣਾ ਹੈ? ਵੈਸੇ ਹੀ ਆਏ ਘੁੰਮਣੇ ਕੀ ਮਜ਼ੇ ਮਾਰੇ ਗਏ, ਟ੍ਰੈਕਿੰਗ ਕਰਨ ਜੀ ਸ਼ਰਧਾ ਲਾਈ, ਵੈਸੇ ਹੀ ਆਏ। ਮਨੋਕਾਮਨਾ ਸਾਡੀ ਐਕਚੁਅਲੀ ਸਹੀ ਪੁੱਛੋ ਨਾ, ਚਾਰੋਂ ਦੀ ਕੋਈ ਮਨੋਕਾਮਨਾ ਨਹੀਂ ਹੈਗੀ, ਸਹੀ ਗੱਲ ਕਰ ਰਿਹਾ ਮੈਂ, ਵਾਹਿਗੁਰੂ ਜੀ ਮੈਂ ਦਰਵਾਜ਼ ਖੜਿਆ, ਮੈਂ ਝੂਟ ਨਹੀਂ ਬੋਲਾਂਗਾ, ਮਗਰ ਮੈਨੂੰ ਕੋਈ ਸਾਨੂੰ ਕੋਈ ਮਨ ਵਿੱਚ ਹੈਗਾ ਹੀ ਨਹੀਂ, ਸਾਨੂੰ ਇਹ ਨਹੀਂ ਹੈ ਕਿ ਜਾ ਕੇ ਇਹ ਜਾ ਕੇ ਮੰਗ ਲੈਣਾ ਹੈ ਅਸੀਂ ਇਹ ਉਹ ਕਰਨਾ, ਨਾ ਨਾ ਨਾ, ਮੈਂ ਕਹਿੰਦਾ ਸਭ ਦੀ ਖੁਸ਼ੀ ਹੈ, ਸਭ ਦੀ ਖੁਸ਼ੀ ਹੈ, ਉਹੀ ਉਹਦੇ ਵਿੱਚ ਹੀ ਸੁੱਖ ਹੈ, ਇਹ ਕੋਈ ਇੰਡੀਵਿਜੁਅਲ ਸੁੱਖ ਹੈ, ਯਦਿ ਆਪਾਂ ਖੁਸ਼ੀਆਂ ਮੰਗਾਂਗੇ ਉਹ ਨਹੀਂ, ਉਹ ਵਾਹਿਗੁਰੂ ਜੀ ਦੇ ਉੱਥੇ ਬਿਲਕੁਲ ਹੁਕਮ ਨਹੀਂ ਹੈਗਾ ਉਹਦਾ। ਜਿੰਨਾ ਤੁਹਾਨੂੰ ਜ਼ਿੰਦਗੀ ਚ ਰੱਬ ਨੇ ਦਿੱਤਾ ਤੁਸੀਂ ਸੈਟੀਸਫਾਈ ਹੋ? ਬਹੁਤ ਸੈਟੀਸਫਾਈਡ ਹੋ ਰਹੇ ਹੋ, ਮੇਰੇ ਡੈਡੀ ਘਰ 87 ਈਅਰਸ ਓਲਡ ਹੈ, ਹੈ ਮੈਂ ਵੱਡੇ ਭਰਾ ਦੇ ਕੋਲ ਛੋੜ ਕੇ, ਔਰ ਉਹ ਮਤਲਬ ਉਹਨਾਂ ਨੇ ਭੇਜਿਆ ਨਹੀਂ, ਜਾ ਜਾ ਤੂੰ ਜਾ ਜਾ ਛੇਤੀ ਜਾ ਜਾ ਕੇ ਵਧੀਆ ਯਾਤਰਾ ਕਰਕੇ ਆ, ਸਭ ਦਾ ਮੱਥਾ ਟੇਕ ਕੇ ਆਈ, ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਤਾਂ ਇਹ ਪਰਿਵਾਰ ਹੈ ਜੋਧਪੁਰ ਤੋਂ, ਸ਼ਰਧਾ ਇਹਨਾਂ ਦੀ ਅਤੇ ਇਹਨਾਂ ਦਾ ਪਿਆਰ, ਇਹਨਾਂ ਦਾ ਸਿੱਧਕ ਜਿਹੜਾ ਗੁਰੂ ਪ੍ਰਤੀ, ਉਹ ਗੱਲਾਂ ਦੇ ਵਿੱਚੋਂ ਹੀ ਦਿਸ ਰਿਹਾ ਹੈ ਕਿ ਕਿਵੇਂ ਆਪਣੇ ਕੰਮਕਾਰ ਆਪਣੇ ਰੁਝੇਵੇਂ ਛੱਡ ਕੇ ਜਿਹੜਾ ਉਹ ਇੱਥੇ ਪਹੁੰਚੇ ਨੇ, ਅਤੇ ਨਾਲ ਹੀ ਉਹ ਵੀ ਕਹਿ ਰਹੇ ਨੇ ਕਿ ਅਸੀਂ ਕੁਝ ਮੰਗਣ ਨਹੀਂ ਜਾ ਰਹੇ, ਅਸੀਂ ਤਾਂ ਸ਼ੁਕਰ ਕਰਨ ਜਾ ਰਹੇ ਹਾਂ ਜਿੰਨਾ ਕੁਝ ਪਰਮਾਤਮਾ ਨੇ ਦਿੱਤਾ ਹੈ, ਅਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਜੇ ਸਾਨੂੰ ਜਿਹੜਾ ਭੇਜਿਆ ਹੈ ਘਰੋਂ ਵੇਲ ਦੇ ਕੇ ਭੇਜਿਆ ਗਿਆ, ਅਕਸਰ ਇਹ ਹੁੰਦਾ ਕਿ ਜੇ ਕੋਈ ਕਿਤੇ ਕਿਸੇ ਦਾ ਪ੍ਰੋਗਰਾਮ ਯਾਤਰਾ ਦਾ ਬਣਦਾ ਹੈ ਤਾਂ ਪਰਿਵਾਰ ਦੇ ਰੁਝੇਵਿਆਂ ਕਾਰਨ ਜਿਹੜਾ ਨਹੀਂ ਜਾ ਪਾਉਂਦਾ। ਕੈਮਰਾ ਪਰਸਨ ਵਰਿੰਦਰ ਮਹਿਰਾ ਦੇ ਨਾਲ ਮਨਿੰਦਰਜੀਤ ਸਿੰਘ, ਗੋਵਿੰਦ ਘਾਟ।